सिख की नकल विखा दे। लकड़िया खां ने अपने मराशिया बुलाया, कह लगा भी तुसी सिख की नकल करके विखाओगे? कह लगे जरूर महाराज। हजूर जदों कहो? कह लगे अब्दाली साहब नू दिखा। वो फिर तैयारी की गई लाहौर तो बाहर खुले थां ते जैसा मरासिया ने कहा भी तुसी 200 सवार घोड़ सवार एक फौजी दस्ता दूर खड़ा कर दे, जिसले इशारा करिए वो साढ़े ते हमला कर, उन्हां दे आउण तक असी सिखां दी रहनी बहनी विखावांगे ते फिर हमला होण ते असी उन्हां दा लड़ना विखावांगे। सारे दरबारी अहमद शाह जकरिया खां ये सारे परा बन के बैठ गए। खुली थां ते एक वण दे हेठां एक रुख दे हेठां वो 15-16 मरासी सिखां दा वेश धारण करके उस वेले ते सिखां दी जो हालत सी उस नूं प्रगटाउंदे होए, फाटे हुए कपड़े, चंगे घोड़े भी कोई नहीं, साधारण खच्चरां टायरां, मरियां जिहियां घोड़ियां ਤੇ ਉਹ ਕਰ ਕੀ ਰਹੇ ਨੇ। ਜੇ ਕੋਈ ਘੋੜੇ ਨੂੰ ਖਰਖਰਾ ਕਰ ਰਿਹਾ ਹੈ ਤਾਂ ਵੀ ਮੂੰਹ ਚ ਕੁਝ ਬੜਬੜਾ ਰਿਹਾ, ਜੇ ਕੋਈ ਕੱਪੜੇ ਨੂੰ ਸੂਈ ਧਾਗਾ ਫੜ ਕੇ ਟਾਕੀ ਲਾ ਰਿਹਾ ਤਾਂ ਵੀ ਮੂੰਹ ਚ ਕੁਝ ਬੋਲ ਰਿਹਾ। ਉਹਨਾਂ ਵਿੱਚੋਂ ਇੱਕ ਵਣ ਦੇ ਉੱਤੇ ਚੜਿਆ ਬੈਠਾ ਤੇ ਅਬਦਾਲੀ ਪੁੱਛਦਾ ਜ਼ਕਰੀਆ ਖਾਂ ਕੀ ਕਰ ਰਹੇ ਨੇ? ਕਹਿੰਦਾ ਜੀ ਜੋ ਕੁਛ ਇਹਨਾਂ ਨੂੰ ਵਕਤ ਸਮਾਂ ਮਿਲ ਜਾਵੇ ਇਹ ਆਪਣੀ ਫਿਰ ਜਿਹੜੀ ਕਮੀ ਹੁੰਦੀ ਉਹਨੂੰ ਪੂਰਾ ਕਰਦੇ ਨੇ। ਕਹਿੰਦਾ ਫਿਰ ਮੂੰਹ ਚ ਕੀ ਕਰਦੇ ਨੇ? ਕਹਿੰਦਾ ਆਪਣੇ ਮੁਰਸ਼ਦ ਦਾ ਕਲਾਮ ਪੜ੍ਹਦੇ ਨੇ ਗੁਰਬਾਣੀ। ਇਹ ਜਦੋਂ ਵੀ ਵਿਹਲੇ ਹੁਣ ਗੁਰਬਾਣੀ ਪੜ੍ਹਦੇ ਰਹਿੰਦੇ ਨੇ। ਕਹਿੰਦਾ ਉੱਤੇ ਜਿਹੜਾ ਚੜਿਆ ਬੈਠਾ ਇਹ ਕੀ ਹੈ? ਜ਼ਕਰੀਆ ਖਾਂ ਕਹਿੰਦਾ ਇਹਨੂੰ ਟਾਂਗੂ ਕਹਿੰਦੇ ਨੇ, ਇਹ ਆਲੇ ਦੁਆਲੇ ਦਾ ਖਿਆਲ ਰੱਖ ਕੇ ਇਤਲਾਹ ਦੇਵੇਗਾ। ਕਹਿਣ ਲੱਗਾ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਇਹਨੂੰ ਦੱਸ ਦੇ। ਕਹਿਣ ਲੱਗਾ ਇਹ ਜਿਹੜਾ ਵੱਡਾ ਬੁੱਢਾ ਮਰਾਸ਼ੀ ਅੱਜ ਨੇ ਲੰਮੀ ਦਾੜੀ ਵਧਾਈ ਹੋਈ ਹੈ, ਆਮ ਤੌਰ ਤੇ ਮੁਸਲਮਾਨਾਂ ਦੀ ਹੁੰਦੀ ਵੀ ਸੀ, ਦੋਹਰੀਆਂ ਦਸਤਾਰਾਂ ਵਾਲੇ ਸਾਰੇ ਸਿੱਖ ਨੇ, ਮਗਰ ਜਿਹੜਾ ਬੁੱਢਾ ਸਿਆਣਾ ਬੰਦਾ ਇਹਨਾਂ ਦਾ ਜਥੇਦਾਰ ਕਹਾਉਂਦਾ, ਇਹਨਾਂ ਦੇ ਆਗੂ ਨੂੰ ਜਥੇਦਾਰ ਕਹਿੰਦੇ। ਤੇ ਉਹ ਜਥੇਦਾਰ ਨੇ ਇਸ਼ਾਰਾ ਕੀਤਾ, ਇਧਰੋਂ ਸਿਪਾ ਸਾਲਾਰ ਨੇ ਇਸ਼ਾਰਾ ਦਿੱਤਾ ਤੇ 200 ਬੰਦਿਆਂ ਨੇ ਉਧਰਲੇ ਪਾਸਿਓਂ ਕੂਚ ਕਰ ਦਿੱਤਾ। ਉਹ 200 ਘੋੜ ਸਵਾਰ ਜਿਹੜੇ ਸਨ ਉਹਨਾਂ ਨੇ ਹਮਲੇ ਦੀ ਤਿਆਰੀ ਲੈ ਕੇ ਖਲੋਤੇ ਹੋਏ, ਉਹਨਾਂ ਨੇ ਕੂਚ ਕਰ ਦਿੱਤਾ। ਵਣ ਦੇ ਉੱਤੇ ਬੈਠਾ ਹੈ ਬੰਦਾ, ਕਹਿੰਦਾ ਫੌਜੋ ਤਿਆਰ ਬਰ ਤਿਆਰ, ਖਾਲਸਾ ਜੀ ਤਿਆਰ ਬਰ ਤਿਆਰ, ਟਿੱਡੀ ਦਲ ਆ ਰਿਹਾ। ਤੇ ਅਹਿਮਦ ਸ਼ਾਹ ਇਧਰ ਉਧਰ ਵੇਖਦਾ, ਟਿੱਡੀ ਦਲ ਪੈਂਦੇ ਵੀ ਸਨ। ਕਹਿੰਦਾ ਕਿੱਥੇ ਟਿੱਡੀ ਦਲ ਆ ਰਿਹਾ? ਜ਼ਕਰੀਆ ਖਾਂ ਕਹਿੰਦਾ ਟਿੱਡੀ ਦਲ ਕਿਧਰੋਂ ਨਹੀਂ ਆ ਰਿਹਾ, ਮੇਰੀ ਫੌਜ ਨੂੰ ਟਿੱਡੀ ਦਲ ਕਹਿ ਰਹੇ, ਮੁਗਲ ਫੌਜਾਂ ਨੂੰ ਇਹ ਟਿੱਡੀ ਦਲ ਕਹਿੰਦੇ। ਤੌਬਾ ਤੌਬਾ, ਕਹਿੰਦਾ ਕੈਸੀ ਕਮਾਲ ਦੀ ਗੱਲ, ਕੈਸੀ ਜੁਰਤ ਹੈ। ਜਿਸ ਵੇਲੇ ਉੱਤੋਂ ਇਹ ਐਲਾਨ ਕੀਤਾ ਗਿਆ ਟਿੱਡੀ ਦਲ ਆ ਰਿਹਾ ਤੇ ਹੇਠਾਂ ਬੈਠੇ ਸਾਰਿਆਂ ਨੇ ਆਪਣੇ ਹੱਥਲੇ ਕੰਮ ਛੱਡ ਦਿੱਤੇ। ਜਿਹੜਾ ਬਸਤਰ ਸੋਧ ਰਿਹਾ ਉਹਨੇ ਬਸਤਰ ਸੋਧਨੇ ਛੱਡ ਦਿੱਤੇ, ਬਸਤਰਾਂ ਦੀ ਮੁਰੰਮਤ ਛੱਡ ਦਿੱਤੀ, ਘੋੜਿਆਂ ਦੀ ਸੇਵਾ ਛੱਡ ਦਿੱਤੀ, ਜਿਹੜਾ ਜਿਹੜਾ ਕੰਮ ਹੋ ਰਿਹਾ ਸੀ ਸਾਰਾ ਛੱਡ ਦਿੱਤਾ, ਇੱਕਦਮ ਤਾਰੂ ਕੱਸ ਲੈਣੇ, ਤਿਆਰੀਆਂ ਕਰ ਲਈਆਂ, ਕਮਰ ਕੱਸੇ ਕਰ ਲੈਣੇ, ਡਾਂਗੂ ਵੀ ਥੱਲੇ ਉੱਤਰ ਆਏ। ਤੇ ਜਿਹੜਾ ਜਥੇਦਾਰ ਬਣਿਆ ਮਰਾਸੀ ਉਹ ਕਹਿੰਦਾ ਖਾਲਸਾ ਜੀ ਆਹ ਅਰਦਾਸਾ ਸੋਧ ਲਈ। ਅਬਦਾਲੀ ਪੁੱਛਦਾ ਇਹ ਕੀ? ਕਹਿੰਦਾ ਦੁਆ ਕਰਨਗੇ, ਆਪਣੇ ਮੁਰਸ਼ਦ ਅੱਗੇ ਦੁਆ ਕਰਨਗੇ। ਤੇ ਮਰਾਸ਼ੀ ਨੇ ਬੋਲਣਾ ਸ਼ੁਰੂ ਕੀਤਾ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ ਉੱਚੀ ਉੱਚੀ, ਮਰਾਸ਼ੀਆਂ ਦੀ ਯਾਦਦਾਸ਼ਤ ਬੜੀ ਹੁੰਦੀ, ਨਕਲ ਕਰਨ ਦੇ ਮਾਮਲੇ 'ਚ ਇਹ ਕੌਮ ਸਾਰੀ ਦੁਨੀਆ ਤੇ ਪ੍ਰਸਿੱਧ ਹੈ। ਫਿਰ ਪੰਜਾਬ ਦੇ ਮਰਾਸੀ ਉਹਨੇ ਅਰਦਾਸ ਸੁਣੀ ਸੁਣਾਈ ਯਾਦ ਸੀ ਸਾਰੀ ਕਰ ਛੱਡੀ ਤੇ ਅਖੀਰ ਤੇ ਕਹਿੰਦਾ ਸੱਚੇ ਪਾਤਸ਼ਾਹ ਕਲਗੀਆਂ ਵਾਲਿਆ, ਐਸੇ ਨੇ ਤੇਰੀਆਂ ਫੌਜਾਂ ਤੇ ਟਿੱਡੀ ਦਲ ਹਮਲਾਵਰ ਹੋ ਰਿਹਾ, ਜੂਝਣ ਦੀ ਸਮਰੱਥਾ ਬਖਸ਼ਿਸ਼ ਕਰੋ। ਕਹਿੰਦਾ ਇਹ ਕੀ ਹੁੰਦਾ ਹੈ, ਜੂਝਣਾ ਕੀ ਹੁੰਦਾ? ਕਹਿੰਦਾ ਇਹ ਨਹੀਂ ਕਹਿੰਦੇ ਵੀ ਸਾਨੂੰ ਮੈਦਾਨ ਵਿੱਚ ਫਤਿਹ ਦਿਓ, ਇਹ ਕਹਿੰਦੇ ਨੇ ਲੜ ਸਕੀਏ ਚੱਜ ਨਾਲ। ਜੂਝਣ ਦਾ ਮਤਲਬ ਹੈ ਲੜਨਾ, ਜਾਨ ਲਾ ਕੇ ਲੜਨਾ, ਇਹ ਹੁਣ ਜਾਨ ਲਾ ਕੇ ਲੜਨਗੇ। ਤੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਔਰ ਉਸ ਤੋਂ ਉਪਰੰਤ ਜਕਾਰਾ ਗਜਾ ਕੇ ਤਲਵਾਰਾਂ ਸੂਤ ਲਈਆਂ, ਉਹਨੇ ਚਿਰ ਨੂੰ 200 ਬੰਦਾ ਸਿਰਾਣੇ ਆ ਗਏ, ਇਹ ਜਕਾਰੇ ਗਜਾ ਕੇ ਅੱਗੋਂ ਪੈ ਗਏ। ਔਰ ਹੈਰਾਨ ਹੋ ਗਿਆ ਵੇਖਣ ਵਾਲਾ ਸਾਰਾ ਉਹ ਮੁਲਖਈਆ ਇਕੱਠਾ ਹੋਇਆ ਸੀ, ਜਿਹੜਾ ਕੱਟਾ ਵੱਢ ਸ਼ੁਰੂ ਹੋ ਗਈ, ਬੰਦੇ ਮਰਨੇ ਸ਼ੁਰੂ ਹੋ ਗਏ। ਉਹ ਜਿਸ ਸਲਾਰ ਨੇ ਜਿਸ ਫੌਜੀ ਸਰਦਾਰ ਨੇ 200 ਬੰਦੇ ਲੈ ਕੇ ਇਹਨਾਂ ਤੇ ਨਕਲੀ ਹਮਲਾ ਕੀਤਾ ਸੀ ਉਹ ਪਰੇਸ਼ਾਨ ਹੋ ਗਿਆ, ਬੰਦੇ ਮਾਰੇ ਜਾ ਰਹੇ, ਉਹਨੇ ਘੇਰੇ 'ਚ ਲੈ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਾਹਮਣੇ ਨਹੀਂ ਜਾਂਦੇ। ਅਖੀਰ ਇਹਨਾਂ ਦੇ ਵੀ ਕੁਝ ਬੰਦੇ ਮਾਰੇ ਗਏ, ਮਰਾਸ਼ੀ ਵੀ ਕੁਝ ਮਾਰੇ ਗਏ, ਕੁਝ ਫੜੇ ਗਏ, ਫੱਟੜ ਹੋਏ, ਜ਼ਖਮੀ ਹੋਏ, ਫੜੇ ਗਏ।
ਉਹ ਬੁੱਢੇ ਮਰਾਸ਼ੀ ਦੀਆਂ ਮੁਸ਼ਕਾਂ ਫੜ ਕੇ ਖਾਨ ਬਹਾਦਰ ਜ਼ਕਰੀਆ ਖਾਨ ਦੇ ਪੇਸ਼ ਕੀਤਾ। ਕਹਿਣ ਲੱਗਾ, ਦੇਖੋ ਹਜ਼ੂਰ, ਇਸ ਨੇ ਸਾਡੇ ਕਿੰਨੇ ਬੰਦੇ ਮਾਰ ਦਿੱਤੇ ਔਰ ਆਪਣੇ ਵੀ ਕਿੰਨੇ ਬੰਦੇ ਮਰਵਾ ਲਏ। ਤੇ ਜ਼ਕਰੀਆ ਖਾਨ ਉਸ ਮਰਾਸ਼ੀ ਦੀਆਂ ਅੱਖਾਂ ਨਾਲ ਅੱਖਾਂ ਨਾਲ ਮਿਲਾ ਸਕਿਆ। ਲਾਲ ਸੂਹੇ ਨੇਤਰ, ਚਿਹਰਾ ਪਖਦਾ, ਕਹਿਣ ਲੱਗਾ ਇਹ ਮਰਾਸ਼ੀ ਤਾਂ ਜਾਪਦਾ ਹੀ ਨਹੀਂ, ਇਹਦੇ ਮੂੰਹ ਤੇ ਛੱਟੇ ਮਾਰੋ, ਪਾਣੀ ਦੇਖ, ਇਹਨੂੰ ਹੋਇਆ ਕੀ ਹੈ? ਪਾਣੀ ਦੇ ਛੱਟੇ ਮਾਰੇ, ਉਹਨੇ ਅੱਖਾਂ ਚੱਪੀਆਂ, ਇਧਰ ਉਧਰ ਵੇਖਿਆ, ਪਿੱਛੇ ਆਪਣੇ ਹੀ ਭਰਾ ਭਤੀਜੇ ਮਰੇ ਪਏ ਵੇਖੇ। ਕਹਿੰਦਾ ਇਹ ਕੀ ਹੋ ਗਿਆ? ਕਹਿਣ ਲੱਗਾ ਇਹ ਤੂੰ ਪੁੱਛਣਾ ਕੀ ਹੋ ਗਿਆ? ਸਾਰਾ ਕੁਝ ਤੂੰ ਤੇ ਤੇਰੇ ਬੰਦਿਆਂ ਦਾ ਕੀਤਾ, ਇੰਨੀ ਫੌਜ ਦਾ ਨੁਕਸਾਨ ਕੀਤਾ ਹੈ। ਕਹਿਣ ਲੱਗਾ ਹਜ਼ੂਰ, ਮਾਈ ਬਾਪ, ਮੈਂ ਕਿਸ ਤਰ੍ਹਾਂ ਇਹ ਨੁਕਸਾਨ ਕਰ ਸਕਾਂ? ਕਹਿਣ ਲੱਗਾ ਸਾਰੀ ਦੁਨੀਆ ਵੇਖਦੀ, ਇਹ ਸਾਰਾ ਨੁਕਸਾਨ ਤੂੰ ਕੀਤਾ। ਸੋਚਿਆ ਮਰਾਸ਼ੀ ਨੇ, ਸੋਚਿਆ ਤੇ ਸੋਚ ਕੇ ਕਹਿਣ ਲੱਗਾ, ਹਜ਼ੂਰ ਮੇਰਾ ਗੁਨਾਹ ਕੋਈ ਨਹੀਂ। ਕਹਿੰਦਾ ਕਿਉਂ, ਕਿਹਦਾ ਗੁਨਾਹ ਹੈ? ਕਹਿਣ ਲੱਗਾ ਤੁਸਾਂ ਨਕਲ ਕਰਨ ਨੂੰ ਕਿਹਾ ਸੀ, ਅਸੀਂ ਨਕਲ ਕਰਦੇ ਰਹੇ, ਉੱਪਰ ਜਿਸ ਵੇਲੇ ਦੁਆ ਕਰਨ ਲੱਗੇ ਨਾ, ਅਰਦਾਸਾਂ ਕਰਨ ਲੱਗੇ, ਅਰਦਾਸਾਂ ਕਰਦਿਆਂ ਕਰਦਿਆਂ ਪਤਾ ਨਹੀਂ ਮੇਰੀ ਮੱਤ ਨੂੰ ਕੀ ਹੋ ਗਿਆ, ਫਿਰ ਕੋਈ ਸਿੱਖ ਹੀ ਵੜ ਗਿਆ ਮੇਰੇ ਦਿਮਾਗ 'ਤੇ, ਕਿਸੇ ਸਿੱਖ ਦੀ ਰੂਹ ਮੇਰੇ ਸਰੀਰ 'ਚ ਹਲੂਲ ਕਰ ਗਈ ਏ, ਫਿਰ ਮੈਨੂੰ ਨਹੀਂ ਪਤਾ ਉਦੋਂ ਬਾਅਦ ਕੀ ਹੋਇਆ। ਉਹ ਜਿਹੜੀ ਫਤਿਹ ਤੇ ਜਕਾਰਾ ਸੀ, ਉਸ ਲਈ ਗਜਾਇਆ ਗਿਆ ਕਿਤੇ, ਅਰਦਾਸਾਂ ਅਸਲੀ ਹੋ ਗਿਆ ਕਿਤੇ, ਮੈਨੂੰ ਨਹੀਂ ਪਤਾ ਲੱਗਾ ਫਿਰ ਮੁੜ ਕੇ ਕੀ ਹੋਇਆ। ਅਹਿਮਦ ਸ਼ਾਹ ਅਬਦਾਲੀ ਖੜਾ ਹੋ ਗਿਆ, ਘਬਰਾ ਕੇ ਖੜਾ ਹੋ ਗਿਆ। ਕਹਿਣ ਲੱਗਾ, ਜਿਸ ਕੌਮ ਦੀ ਨਕਲ ਐਸੀ ਭਿਆਨਕ ਹੈ, ਉਹ ਅਸਲ ਕੈਸੀ ਹੋਵੇ? ਜ਼ਕਰੀਆ ਖਾਨ, ਤਕੜੇ ਹੋ ਜਾਓ, ਇਹ ਕੌਮ ਹਕੂਮਤ ਕਰੇਗੀ, ਤੁਸੀਂ ਰੋਕ ਨਹੀਂ ਸਕੋ, ਇਹ ਰਾਜ ਕਰੇਗੀ, ਤੁਸੀਂ ਰੋਕ ਨਾ ਸਕੋ।